ਦੋ ਖੋਣ ਹੈ ਠੀਕ ਹੈ ਉਹ ਮੇਰੇ ਜਿੰਨੇ ਵੀ ਬੰਦੇ ਸੁਣ ਰਹੇ ਨੇ ਠੀਕ ਹੈ ਉਹ ਤੁਸੀਂ ਮੇਰੇ ਸਾਥ ਜ਼ਰੂਰ ਦੇਣਾ ਠੀਕ ਹੈ ਸਮਝ ਆਈਏ ਨੁਕਸਾਨ ਜੈ ਵੈਲਕਮ ਜਦਬਾ ਜਿਹੜਾ ਨੁਕਸਾਨ ਹੈ ਨਾ ਉਹ ਹੈ ਵੇ ਠੀਕ ਹੈ ਵੇਖੋ ਮੇਰਾ ਦੂਆ ਡੀ ਦੇ ਮਿਲੀਅਨ ਫਾਲੋਅਰ ਤੋਂ ਉੱਤੇ ਫਾਲੋਅਰ ਨੇ ਠੀਕ ਹੈ ਤੁਹਾਨੂੰ ਨਹੀਂ ਪਤਾ ਬੈਕ ਕੈਮਰੇ ਦੇ ਪਿੱਛੇ ਕੀ 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 ਕੁਝ ਕਰਨਾ ਪੈਂਦਾ ਕੁਝ ਗੱਲਾਂ ਐਸੀਆਂ ਨੇ ਮੈਂ ਜਿਹੜੀਆਂ ਸਕਰੀਨ ਤੇ ਨਹੀਂ ਕਰ ਸਕਦਾ ਠੀਕ ਹੈ ਸਮਝ ਆਈਏ ਇਹ ਇਨਾ ਟਾਈਮ ਲਾ ਕੇ ਸਾਰਾ ਕੁਝ ਕਰਕੇ ਅਸੀਂ ਇਨੇ ਫਾਲੋਅਰ ਇਨਾ ਸਾਰਾ ਕੁਝ ਇਕੱਠਾ ਕਰਨੇ ਆ ਨਾ ਠੀਕ ਹੈ ਉਹਦਾ ਵੀ ਇੱਕ ਪੀਰੀਅਡ ਹੁੰਦਾ ਹੈ ਠੀਕ ਹੈ ਹਰ ਹੋਸਟ ਕੋਲ ਫਾਲੋ ਲੈਣਾ ਐਨੀ ਸਟਰਗਲ ਕਰਨੀ ਨਾ ਫਿਰ ਕਰਨਾ ਫਿਰ ਆਈਡੀ ਤੋਂ ਫਾਲੋ ਨਹੀਂ ਹੋਣਾ ਠੀਕ ਹੈ ਸਮਝ ਗਏ ਤੁਹਾਨੂੰ ਪਤਾ ਕਿੰਨਾ ਟਾਈਮ ਲੱਗਦਾ ਹੈ ਠੀਕ ਹੈ ਤੇ ਇਹਦੇ ਵਾਸਤੇ ਮੈਨੂੰ ਦੋ ਚੀਜ਼ਾਂ ਬਹੁਤ ਜ਼ਰੂਰੀ ਨੇ ਭਾਈ ਮੇਰੇ ਵਾਸਤੇ ਉਹ ਮੈਂ ਮੈਨੂੰ ਪਤਾ ਹੈ ਉਸ ਚੀਜ਼ ਦਾ ਮੈਂ ਅਜੇ ਸਕਰੀਨ ਤੇ ਨਾ ਨਹੀਂ ਲੈ ਸਕਦਾ ਮਜਬੂਰੀ ਹੈ ਸਮਝੋ ਠੀਕ ਹੈ ਸਮਝੋ ਇਹ ਕਿ ਦੁਕਾਨ ਦੁਕਾਨ ਅਗਰ ਮੇਰੀ ਮੇਨ ਰੋਡ ਦੇ ਉੱਤੇ ਵੇ ਨਾ ਤੇ ਦੁਕਾਨ ਮੇਰੀ ਪਿਛਲੀ ਗਲੀ ਤੋਂ ਸਟਾਰਟ ਹੋਣੀ ਇਹ ਸਮਝ ਲਓ ਠੀਕ ਹੈ ਤੇ ਬਾਕੀ ਰਹੀ ਗੱਲ ਮੇਰੀ ਮਸਲੀਆਂ ਨੂੰ ਮੇਰਾ ਜਵਾਬ ਹੈ ਜੀ ਦੁਕਾਨ ਭਾਵੇਂ ਪਿਛਲੀ ਗਲੀ ਚ ਹੋਵੇ ਤੇ ਭਾਵੇਂ ਹੋਵੇ ਰੋਡ ਤੇ ਦੁਕਾਨ ਹਮੇਸ਼ਾ ਦੁਕਾਨਦਾਰ ਦੇ ਸਿੱਤੇ ਚੱਲਦੀ ਮੇਰੀ ਗੱਲ ਯਾਦ ਰੱਖੀ ਠੀਕ ਹੈ ਸਮਝ ਆਈਏ ਦੁਕਾਨਦਾਰ ਜ ਸਿਸਟਮ ਹੋਵੇ ਨਾ ਚਲਾਣ ਦਾ ਠੀਕ ਹੈ ਦੁਕਾਨਦਾਰ ਦੇ ਵਿੱਚ ਹੋਵੇ ਨਾ ਸਿਸਟਮ ਚਲਾਣ ਦਾ ਤੇ ਦੁਕਾਨਦਾਰ ਮੁਰਚਲਾ ਜਾਂਦੇ ਦੁਕਾਨ ਮੇਰੀ ਗੱਲ ਯਾਦ ਰੱਖੀ ਭਾਵੇਂ ਉਹ ਪਿਛਾ ਹੋਵੇ ਤੇ ਭਾਵੇਂ ਉਹ ਅਗਾਂਹ ਹੋਵੇ ਠੀਕ ਹੈ ਇਹ ਮੇਰੀ ਗੱਲ ਹਮੇਸ਼ਾ ਯਾਦ ਰੱਖਣੀ ਹੈ ਵੈਲਕਮ ਬ੍ਰੋਕਰ ਠੀਕ ਹੈ ਜਿੰਨੀਆਂ ਮਰਜ਼ੀ ਕੋਸ਼ਿਸ਼ਾਂ ਕਰ ਲੋ ਮੇਰੀ ਗੱਲ ਯਾਦ ਰੱਖਿਏ ਜਿੰਨੀਆਂ ਮਰਜ਼ੀ ਕੋਸ਼ਿਸ਼ਾਂ ਕਰ ਲਿਆ ਜੇ ਮੈਂ ਜ਼ੀਰੋ ਲੈਵਲ ਤੋਂ ਵੀ ਆਈਡੀ ਬਣਾਵਾਗਾ ਨਾ ਮੇਰਾ ਪੁੱਤਰਾ ਠੀਕ ਹੈ ਇਹ ਬੰਦੇ ਤੁਹਾਡੇ ਕੋਲ ਨਹੀਂ ਠੱਲੇ ਜਾਂਦੇ ਸਮਝ ਆਈ ਇਹ ਗੱਲ ਮੇਰੀ ਯਾਦ ਰੱਖਣੀ ਹੈ ਹਮੇਸ਼ਾ ਠੀਕ ਹੈ ਜਿੰਨਾ ਚਿਰ ਰੱਬ ਮੈਨੂੰ ਇੱਜ਼ਤ ਦਿੱਤੀ ਨਾ ਠੀਕ ਹੈ ਤੁਹਾਡੇ ਪਿਓ ਕੋਲ ਮੈਨੂੰ ਰੱਖੀ ਜਾਣੀ ਮੇਰਾ ਇਹ ਆਖਰੀ ਜਵਾਬ ਹੈ ਤੇ ਅਗਲੀ ਜਦ ਮੈਂ ਬਰੋਡ ਆਨ ਕਰਾਂਗਾ ਨਾ ਠੀਕ ਹੈ ਜੂ ਦੂ ਵੀ ਕਰਾਂਗਾ ਮੈਂ ਬਰੋਡ ਹੋਣ ਠੀਕ ਹੈ ਅਗਲਾ ਤੁਹਾਨੂੰ ਮੈਂ ਸੱਚੀ ਗੱਲ ਦਸਾਂਗਾ ਠੀਕ ਹੈ ਕਿ ਕਿਹੜੇ ਕਿਹੜੇ ਯਕੀ ਕੀਤੀ ਕਿਹੜੇ ਕਿਹੜੇ ਬੰਦੇ ਸਮਝ ਆ ਗਈ ਨੰਬਰ 2 ਥੈਂਕ ਯੂ ਐਮਪੀ ਥੈਂਕ ਯੂ ਦੇਸ਼ਮਾ ਨੰਬਰ 2 ਗੱਲ ਇਹ ਵੇ ਕਈ ਬੰਦੇ ਹੁਣ ਤੁਹਾਨੂੰ ਮੈਂ ਇਹ ਗੱਲ ਦੱਸ ਲਗਾ ਕਈਆਂ ਬੰਦਿਆਂ ਮੇਰੇ ਪਿੱਛੋਂ ਆਖਿਆ ਉਹਦੀ ਆਈਡੀ ਬੈਨ ਹੋ ਗਈ ਹੈ ਇਹ ਜੋ ਲਾਈਵ ਨਹੀਂ ਆ ਸਕਦਾ ਮੈਂ ਲਾਈਵ ਹੀ ਆ ਸਕਣਾ ਸੀ ਠੀਕ ਹੈ ਫੋਲਟਨ ਮੇਰੀ ਰੈਂਕਿੰਗ ਵੀ ਨਹੀਂ ਬੰਦੋਂ ਦਿੱਤੀ ਠੀਕ ਹੈ ਸਮਝ ਆਈਏ ਬਸ ਰਿਜਨ ਦਾ ਮਤਲਬ ਦਾ ਪਤਾ ਤੁਹਾਨੂੰ ਕੀ ਸਿਸਟਮ ਹੈ ਉਹ ਤੁਹਾਨੂੰ ਸਾਰਾ ਕੁਝ ਬਾਹਰ ਦੱਸਾਂਗਾ ਕਿ ਸਿਸਟਮ ਚੱਲਿਆ ਕੀ ਹੈ ਠੀਕ ਹੈ ਸਮਝ ਆਈਏ ਅਗਲੇ ਬੰਦੇ ਦੋ ਦਿਨ ਤੁਸ ਨਹੀਂ ਸੁੱਤੇ ਠੀਕ ਹੈ ਹਜੇ ਗੱਲ ਪਿੱਛੋਂ ਕੀਤੀ ਹੈ ਮਨਾਫਕਾ ਨੂੰ ਮੁਕਲਬ ਗਿਆ ਉਹ ਫੋਲਟਨ ਪੈਸੇ ਖਾ ਗਿਆ ਉਹ ਦੀ ਜਨਤੀ ਪੈਸੇ ਖਾ ਗਈ ਹੈ ਫਲਾਣ ਮੈਂ ਕਿਸੇ ਬੰਦੇ ਦਾ ਫੋਨ ਨਹੀਂ ਸੁਣਿਆ ਬਿਜ਼ਾਰੀ ਗੱਲ ਹੈ ਬੰਦੇ ਨੂੰ ਪਰੇਸ਼ਾਨੀ ਹੁੰਦੀ ਤੁਸੀਂ ਅੱਜ 1000 ਫਾਲੋਅਰ ਕਰੋ ਨਾ ਆਪਣਾ ਤੇ ਸਵੇਰੇ ਤੁਹਾਨੂੰ ਪੜਾ ਹੋ ਕੇ ਦੂਸਰੇ ਮਿਲੀਅਨ ਫਾਲੋਅਰ ਤੁਹਾਡੇ ਜਾਂਦਾ ਰਹੇ ਨਾ ਤੇ ਤੁਹਾਨੂੰ ਬੜਾ ਦੁੱਖ ਲੱਗਦਾ ਠੀਕ ਹੈ ਜਿਹੜੀ ਜਰਮਨ ਗੱਲ ਹੈ ਮਿਹਨਤ ਮਿਹਨਤ ਹੈ ਇਹ ਮੇਰੀ ਗੱਲ ਹਮੇਸ਼ਾ ਯਾਦ ਰੱਖੋ ਠੀਕ ਹੈ ਅਗਰ ਕਿਸੇ ਬੰਦੇ ਨੂੰ ਕਾਢ ਕੇ ਤੁਸੀਂ ਬਾਹਰ ਮਾਰਨਾ ਨਾ ਠੀਕ ਹੈ ਸਮਝ ਆਈਏ ਤੇ ਇਹ ਥੋੜਾ ਜਿਹਾ ਫਰਕ ਪੈਂਦਾ ਹੈ ਨੰਬਰ 3 5 7 ਆਪਣੇ ਬੂਏ ਤੇ ਕੁੱਤਾ ਵੀ ਸ਼ੇਰ ਹੁੰਦਾ ਠੀਕ ਹੈ ਜੇ ਨਹੀਂ ਪਾਵਰ ਸੀਟੇ ਬਿਨਾਂ ਮੈਂ ਉਂਝ ਗੱਲ ਕਰਦੇ ਤਾਂ ਆਪਣੇ ਪਾਵਰ ਵਾਂਦੇ ਪੈਸੇ ਕਿ ਉਪਰੇ ਜੇ ਨਮਤ ਸੱਲਿਓ ਠੀਕ ਹੈ ਲੱਖ ਲੱਖ ਡਾਲਰ ਪਰਦੇ ਦਿਓ ਜੱਟ ਨੂੰ ਬਾਹਰ ਕਰ ਦਿੰਦਾ ਬਾਹਰ ਕਰਨ ਵਾਸਤੇ ਅ ਲੱਖ ਲੱਖ ਡਾਲਰ ਪਰਦੇ ਦਿਓ ਲੱਖ 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 ਲਾਨਤ ਜੇ ਪਿਛਲਿਆਂ ਤੇ ਠੀਕ ਹੈ ਬਸ ਇੱਥੋਂ ਇਹ ਵੇਖੋ ਇੱਕ ਪਾਸੇ ਲੱਖ ਲੱਖ ਡਾਲਰ ਭਰਿਆ ਠੀਕ ਹੈ ਇੱਕ ਪਾਸੇ ਟੋਨ ਸਾਹਿਬ ਨੇ ਬਾਹ ਨਹੀਂ ਚਾੜ ਕੇ ਰੱਖ ਦਿੱਤੀ ਹੋ ਸਕਿਆ ਕਿ ਮੇਰਾ ਬੰਦਾ ਬਾਹਰ ਲੈ ਜਾਣਾ ਚਾਹੀਦਾ ਤੁਹਾਡੀ ਐਸੀ ਦਿੱਤੀ ਐਸੀ ਸਾਨੂੰ ਜੋ ਵੀ ਕਰਨਾ ਪਿਆ ਅਸੀਂ ਕਰਾਂਗੇ ਠੀਕ ਹੈ ਜੀ ਲੇਕਿਨ ਚੀਜ਼ੇ ਹੁੰਦੀ ਹੈ ਬਾਬਾ ਜੀ ਮਿੱਤਰਾਂ ਦਾ ਨਾਂ ਚੱਲਦਾ ਠੀਕ ਹੈ ਕੀ ਹੈ ਮਿੱਤਰਾਂ ਦਾ ਨਾਂ ਚੱਲਦਾ ਠੀਕ ਹੈ ਵੈਲਕਮ ਬਲੈਡਲੈਸ ਠੀਕ ਹੈ ਲੱਖ ਲੱਖ ਰੁਪਇਆ ਪਾ ਕੇ ਲੱਖ ਲੱਖ ਡਾਲਰ ਪਾ ਕੇ ਕਿਸੇ ਨੂੰ ਬਾਹਰ ਕਢਾ ਦੇਣਾ ਤੇ ਫੋਲਟ ਸਿਰਫ ਬਾ ਚਾੜੀ ਪਿੱਛੋਂ ਸਾਡੀ ਟੀਮ ਨੇ ਬਸ ਖਾਲੀ ਹੋ ਸਕੇ ਭਾਈ ਜਿੰਨਾ ਚੰਦ ਬੰਦਾ ਜੇ ਦਿਲ ਕਦੇ ਵੀ ਜੰਦ ਬੰਦਾ ਰੈਂਕਿੰਗ ਜੀ ਵੀ ਬੋਵੇਗਾ ਠੀਕ ਹੈ ਜੀ ਉਸ ਤੋਂ ਬਾਅਦ ਸਾਰਾ ਸਿਸਟਮ ਕਰੇਗਾ ਐਸੀ ਦਿੱਤਾ ਇਸ ਦਿਨ ਵੀ ਰੈਂਕਿੰਗ ਬੰਦ ਹੋਵੇ ਹੋਈ ਨਹੀਂ ਬੰਦ ਸਿਰ ਬੈਠੇ ਨਹੀਂ ਅਜੀ ਉਸਤਾਦ ਜੀ ਠੀਕ ਹੈ ਨੰਬਰ 2 ਜੇਸਤੀ ਦਾ ਨੁਕਸਾਨ ਹੋਇਆ ਜ਼ਾਰੀ ਗੱਲ ਜੀ ਉਹ ਨੁਕਸਾਨ ਹੈ ਔਰ ਇਹ ਬੰਦੇ ਨੇ ਕਰਾਇਆ ਮੈਂ ਤੁਹਾਨੂੰ ਬਾਅਦ ਵਿੱਚ ਦੱਸਾਂ ਇਹ ਮੇਰਾ ਤੁਹਾਡਾ ਵਾਅਦਾ ਤੇ ਗਾਣਾ ਇੱਕ ਸੁਣਨੇ ਆ ਫਿਰ ਟੁਰ ਜਾਣਾ ਜ਼ਾਲ ਹੋ ਜਾ ਆ ਜਾਣੀ ਹੈ ਠੀਕ ਹੈ ਤੇ ਮੂੰਹ ਠੀਕ ਕਰਨੇ ਮੈਂ ਵੀ ਜੈਨੂਨ ਜਿਹੜੀ ਗੱਲ ਹੈ ਭਾਈ ਮੈਂ ਆਪਣੀ ਵਜ੍ਹਾ ਤੋਂ ਲਾਈਵ ਨਹੀਂ ਆਇਆ ਠੀਕ ਹੈ ਸਮਝ ਆਈਏ ਕਿਉਂਕਿ ਭਾਈ ਮੇਰੀ ਜਗ੍ਹਾ ਤੇ ਕੋਈ ਵੀ ਹੁੰਦਾ ਨਾ ਦਿਲ ਹੀ ਦੁਖ ਹੁੰਦਾ ਬੰਦਾ ਠੀਕ ਹੈ ਮੇਰੀ ਟੀਮ ਦੋ ਦਿਨ ਨਹੀਂ ਸੁੱਤੀ ਵੱਲਾ ਵਾਹਦ ਜਾਣਦਾ ਮੇਰੀ ਟੀਮ ਨਾਲ ਮੇਰੀ ਕੋਈ ਗੱਲ ਨਹੀਂ ਹੋਈ ਗਵਾਹ ਨੇ ਕੋਈ ਬੰਦਾ ਕਸਮ ਜੋ ਕੇ ਆਖਦੇ ਕਿ ਸਾਡੀ ਇਹਦੇ ਨਾਲ ਕੋਈ ਗੱਲ ਹੋਈ ਏ ਸਕਰੀਨ ਤੇ ਬੈਠੇ ਨੇ ਯਾਰ ਮੂੰਹ ਤੇ ਨਾ ਯਾਰ ਅਗਲੇ ਜਣੇ ਨੇ ਯਾਰ ਠੀਕ ਹੈ ਅਗਲੇ ਆਪਣੇ ਕਬਰ ਜਿੱਚ ਪੈਣਾ ਨੇ ਠੀਕ ਹੈ ਮੇਰੀ ਕਿਸੇ ਬੰਦੇ ਨਾਲ ਕੋਈ ਗੱਲ ਨਹੀਂ ਹੋਈ ਠੀਕ ਹੈ ਔਰ ਮੈਂ ਕਿਸੇ ਦੇ ਕੈਂਪ ਤੇ ਨਹੀਂ ਆਇਆ ਲਾਈਵ ਠੀਕ ਹੈ ਵੇਖੋ ਮੈਨੂੰ ਕਦੀ ਮੈਂ ਸਿੱਧਾ ਬੰਦਾ ਠੀਕ ਹੈ ਮੈਂ ਬਿਲਕੁਲ ਸੱਜੀ ਗੱਲ ਕਰਨੀ ਸਕਰੀਨ ਦੇ ਉੱਤੇ ਬਹਿ ਕੇ ਠੀਕ ਹੈ ਮੇਰੀ ਪਰਸੋਂ ਗੱਲ ਹੋਈ ਉਦੋਂ ਦਾ ਉਸਤਾਦ ਜੀ ਲੱਗੇ ਨੇ ਉਹਨਾਂ ਇਹ ਕੁਝ ਕੀਤਾ ਕਿ ਜੇ ਵੀ ਓਵਰਲੀ ਰੈਂਕਿੰਗ ਚੱਲਦੀ ਹੈ ਭਾਈ ਠੀਕ ਹੈ ਫਲਾਣੇ ਆਖੇ ਆ ਪੇਪਰ ਸਾਰਾ ਕੁਝ ਵਹਾ ਦਿੱਤਾ ਹੈ ਕਿ ਆ ਵੇਖ ਇਹ ਸਾਰਾ ਕੁਝ ਹੋਏਗਾ ਵੀ ਤੇਰਾ ਫੇਸ ਬੈਨ ਕਰਾ ਦੇਣਾ ਸਾ ਅਸੀਂ ਤੈਨੂੰ ਇੰਜ ਕਰ ਦੇਣਾ ਟਿਕਟੋਕ ਤੋਂ ਤੂੰ ਲੱਗੇ ਜਾਣਾ ਫਲਾਣ ਹੋ ਜਾਣਾ ਤੂੰ ਟਿੰਗ ਹੋ ਜਾਣਾ ਇੰਜ ਹੋ ਜਾਏਗਾ ਫਲਾਣ ਹੋ ਜਾਏਗਾ ਟਿੰਗ ਹੋ ਜਾਏ ਸੇਦ ਖੋਤੇ ਤੋਂ ਹੋ ਜਾਏਗਾ ਪੁੱਤਰਾ ਜਿਹੜਾ ਸੋਟਾ ਐਮਪੀਆ ਚੜਿਆ ਨਾ ਠੀਕ ਹੈ ਉਹ ਤੁਹਾਡੇ ਕੋਲ ਨਹੀਂ ਭੁੱਲਣਾ ਪਰ ਲੈਨੇ ਆ ਇਹ ਮੇਰੀ ਗੱਲ ਯਾਦ ਰੱਖਣੀ ਹੈ ਸਾਦੇ ਬੰਦੇ ਜਦਾ ਇੱਕ ਵਾਰੀ ਜੱਟ ਦੀ ਟੀਮ ਦਾ ਨਾਲ ਲਿਖੋ ਨਾ ਭਾਈ ਨਹੀਂ ਜਾਣਦੇ ਤਗਲੇ ਵਿੱਚ ਮਦਾਨ ਦੇ ਟ ਰਖਿਆ ਨਹੀਂ ਬੰਦੇ ਆਪਣੇ ਨੂੰ ਦੱਸੋ ਇੱਕ ਵਾਰੀ ਇਹਨਾਂ ਅਸਿੱਦੀ ਤਾਸੀ ਇਹਨਾਂ ਮੁੱਛਲੀਆਂ ਦੀ ਠੀਕ ਹੈ ਇਹ ਮੇਰੀ ਗੱਲ ਯਾਦ ਰੱਖਣੀ ਹੈ ਲੱਖ ਲੱਖ ਰੁਪਈਆ ਦੇ ਕੇ ਠੀਕ ਹੈ ਲੱਖ ਡਾਲਰ ਭਾਈ ਜਾਨ ਦੇ ਕੇ ਅਦੇ ਜੰਜੂ ਬਾਰਕ ਡਾਣ ਦੇ ਚੱਕਰਾਂ ਚ ਹੈ ਫਿਰਦੇ ਦੇ ਏਰੀਆ ਜੋ ਬੈਨ ਕਰਦੇ ਠੀਕ ਹੈ ਇਹ ਮੇਰੀ ਗੱਲ ਯਾਦ ਰੱਖਣੀ ਹੈ ਤੇ ਆ ਜਰਾ ਸੁਣੋ ਗਾਣਾ ਕੀ ਆਂਦਾ ਤੇ ਭਾਈ ਜਾਨ ਗੇ ਮੈਂਦੇ ਕਿੱਧਰ ਗਿਆ ਭਾਈ ਸੌਂਗਾ ਆਓ ਜੀ ਸੁਣੋ ਵੈਲਕਮ ਦੇਸ਼ਮਾ ਥੈਂਕ ਯੂ ਦੇਸ਼ਮਾ ਵੇਸ਼ਬਦਾਨ ਦੇ ਠੋਕ ਦਿੱਤੇ ਨੇ ਕਿਲੇ ਕਿਹੜਾ ਰੋਲਾ ਐ ਆਓ ਜੀ ਸੁਣੋ ਜੀ ਗਾਣਾ ਵਿਸ਼ਵਦਾਨ ਦੇ ਉਹਨਾਂ ਨੂੰ ਗਾਣਾ ਹੈ ਜਿਨ੍ਹਾਂ ਨੂੰ ਜਿਨ੍ਹਾਂ ਨੇ ਫੁੱਲ ਤਨ ਚਾੜ ਕੇ ਕੋਸ਼ਿਸ਼ ਕੀਤੀ ਹੈ ਭਈ ਬੰਦਾ ਹੁਣ ਕਿਸੇ ਗੱਲ ਨਾਲ ਆਵੇਗਾ ਠੀਕ ਹੈ ਅੱਲਾਹ ਤਾਲਾ ਤੁਹਾਨੂੰ ਜ਼ਿੰਦਗੀ ਦੇ ਤੰਦਰੁਸਤੀ ਦੇ ਮੇਰਾ ਪੁੱਤਰੋ ਮੈਂ ਇੱਥੇ ਆ ਵੈਲਕਮ ਇਰਜਾ